ਕੀ ਤੁਸੀਂ ਜਾਣਦੇ ਹੋ ਕ੍ਰਿਕਟ ਦੇ ਮੈਚ ਦੇ ਵਿੱਚ ਐਡੀਟਿੰਗ ਕਿਵੇਂ ਕੀਤੀ ਜਾਂਦੀ ਹੈ? ਇੱਕ ਅਜਿਹਾ ਆਦਮੀ ਜਿਸ ਨੇ ਪਿਛਲੇ 50 ਸਾਲਾਂ ਤੋਂ ਆਪਣੇ ਹੱਥ ਨੂੰ ਥੱਲੇ ਨਹੀਂ ਕੀਤਾ, ਕੂਣੀ ਦੇ ਕਿਸੇ ਚੀਜ਼ ਦੇ ਨਾਲ ਟਕਰਾਉਣ ਤੇ ਸਾਨੂੰ ਕਰੰਟ ਕਿਉਂ ਲੱਗਦਾ ਹੈ? ਅਜਿਹੀ ਰੋਚਕ ਤੱਥ ਚੈਨਲ ਲਈ ਜੁੜੇ ਰਹੋ। ਮੇਰਾ ਨਾਮ ਹੈ ਤੁਹਾਡਾ ਹੋ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਇਨਫੋਰਮੇਸ਼ਨ ਮਿਲ ਸਕੇ। इस वीडियो ਦੇ ਵਿੱਚ ਤੁਸੀਂ ਜਿਸ ਜਾਨਵਰ ਨੂੰ ਦੇਖ ਰਹੇ ਹੋ ਇਹ ਆਪਣੇ ਦੋਵੇਂ ਹੱਥ ਅੱਗੇ ਰੱਖ ਕੇ ਚੱਲਦਾ ਹੈ। ਇਸ ਨੂੰ ਦੇਖ ਕੇ ਹਮੇਸ਼ਾ ਲੱਗਦਾ ਹੈ ਕਿ ਜਿਵੇਂ ਇਹ ਨਰਵਸ ਹੈ ਤੇ ਕੁਝ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਜਾਨਵਰ ਦਾ ਨਾਮ ਹੈ ਜੀ ਪੈਂਗੋਲਿਨ। ਯੂਰਪ ਦੇ ਵਿੱਚ ਕਾਫੀ ਲੋਕ ਹੁਣ ਇਸ ਨੂੰ ਪਾਲਤੂ ਬਣਾ ਰਹੇ ਨੇ। ਤੁਸੀਂ ਸਾਰਿਆਂ ਨੇ ਬਚਪਨ ਦੇ ਵਿੱਚ ਤਕਾਚੀ ਦਾ ਕਾਸਟਲ ਸ਼ੋਅ ਤਾਂ ਦੇਖਿਆ ਹੀ ਹੋਵੇਗਾ। ਇਸ ਸ਼ੋਅ ਨੂੰ ਦੇਖ ਕੇ ਹਰ ਕੋਈ ਸੋਚਦਾ ਸੀ ਕਿ ਕਾਸ਼ ਉਹ ਵੀ ਇੱਕ ਦਿਨ ਇਸ ਸ਼ੋਅ ਦਾ ਹਿੱਸਾ ਬਣ ਸਕੇ, ਪਰ ਇੱਥੇ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਸ ਸ਼ੋਅ ਦਾ ਇੰਡੀਆ ਦੇ ਵਿੱਚ ਪਹਿਲਾ ਐਪੀਸੋਡ ਸਨ 2005 ਦੇ ਵਿੱਚ ਦਿਖਾਇਆ ਗਿਆ ਸੀ, ਪਰ ਇਹ ਸ਼ੋਅ ਸਨ 1999 ਦੇ ਵਿੱਚ ਬੰਦ ਹੋ ਗਿਆ ਸੀ। ਮਤਲਬ ਕਿ ਜਦੋਂ ਅਸੀਂ ਇਸ ਨੂੰ ਇੰਡੀਆ ਦੇ ਵਿੱਚ ਦੇਖਣਾ ਸ਼ੁਰੂ ਕੀਤਾ ਉਸ ਟਾਈਮ ਇਸ ਨੂੰ ਬੰਦ ਹੋਏ ਨੂੰ 16 ਸਾਲ ਹੋ ਚੁੱਕੇ ਸਨ ਤੇ ਇੰਡੀਆ ਦੇ ਵਿੱਚ ਇਹ ਪ੍ਰੀ ਰਿਕਾਰਡਡ ਸ਼ੋਅ ਹਿੰਦੀ ਦੇ ਵਿੱਚ ਡੱਬ ਕਰਕੇ ਦਿਖਾਇਆ ਜਾਂਦਾ ਸੀ। ਤੁਸੀਂ ਇਸ ਫੋਟੋ ਨੂੰ ਦੇਖੋ। ਇਸ ਫੋਟੋ ਦੇ ਵਿੱਚ ਤੁਸੀਂ ਜਿਹੜੇ ਹੱਥ ਦੇਖ ਰਹੇ ਹੋ ਇਹ ਇੱਕ ਡਾਕਟਰ ਦੇ ਹੱਥ ਨੇ ਜਿਸ ਨੇ 10 ਘੰਟਿਆਂ ਬਾਅਦ ਆਪਣੇ ਗਲਵਸ ਉਤਾਰੇ ਨੇ, ਉਹ ਵੀ ਨਵੇਂ ਗਲਵਸ ਪਾਉਣ ਦੇ ਲਈ। ਹੁਣ ਤੁਸੀਂ ਆਪ ਹੀ ਸੋਚੋ ਕਿ ਡਾਕਟਰ ਨੂੰ ਪੂਰਾ ਦਿਨ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ਹੱਥ ਉਸ ਟਾਈਮ ਹੁੰਦੇ ਹਨ ਜਦੋਂ ਹੱਥ ਕਈ ਘੰਟਿਆਂ ਦੇ ਲਈ ਪਾਣੀ ਦੇ ਵਿੱਚ ਲਗਾਤਾਰ ਰਹਿਣ। ਇਹਨਾਂ ਦੇ ਹੱਥ ਇਸ ਤਰ੍ਹਾਂ ਪਸੀਨੇ ਦੇ ਨਾਲ ਹੋ ਗਏ ਨੇ। ਇਹ ਜਿਹੜਾ ਤੁਸੀਂ ਆਦਮੀ ਦੇਖ ਰਹੇ ਹੋ ਇਸ ਨੇ ਪਿਛਲੇ 50 ਸਾਲਾਂ ਤੋਂ ਆਪਣੇ ਹੱਥ ਨੂੰ ਥੱਲੇ ਨਹੀਂ ਰੱਖਿਆ। ਇਹਨਾਂ ਨੇ ਸਨ 1973 ਤੋਂ ਲੈ ਕੇ ਹੁਣ ਤੱਕ ਆਪਣੇ ਹੱਥ ਨੂੰ ਕਦੇ ਵੀ ਥੱਲੇ ਨਹੀਂ ਕੀਤਾ। ਅਸਲ ਦੇ ਵਿੱਚ ਇਹ ਸ਼ਿਵਜੀ ਦੇ ਭਗਤ ਨੇ ਤੇ ਉਹਨਾਂ ਨੇ ਸ਼ਿਵਜੀ ਨੂੰ ਖੁਸ਼ ਕਰਨ ਦੇ ਲਈ ਅਜਿਹਾ ਕੀਤਾ ਸੀ। ਇਹਨਾਂ ਦੇ ਮੁਤਾਬਕ ਇਹਨਾਂ ਨੂੰ ਪਹਿਲਾਂ ਤਾਂ ਅਜਿਹਾ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋਈ, ਪਰ ਹੁਣ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਇਹਨਾਂ ਦਾ ਇੱਕ ਹੱਥ ਉੱਪਰ ਨੂੰ ਚੱਕਿਆ ਹੋਇਆ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਚਾਹ ਕੇ ਵੀ ਆਪਣੇ ਇਸ ਹੱਥ ਨੂੰ ਥੱਲੇ ਨਹੀਂ ਕਰ ਸਕਦੇ। ਇਹਨਾਂ ਦਾ ਨਾਮ ਅਮਰ ਭਾਰਤੀ ਹੈ। ਜੇਕਰ ਤੁਸੀਂ ਕਦੇ ਖਾਣਾ ਬਣਾਉਂਦੇ ਹੋ ਤਾਂ ਕਦੇ ਕਦੇ ਤੁਸੀਂ ਵੀ ਉਸ ਦੇ ਵਿੱਚ ਨਮਕ ਜ਼ਿਆਦਾ ਪਾ ਦਿੰਦੇ ਹੋਵੋਗੇ, ਇਸ ਦਾ ਵੀ ਇੱਕ ਹੱਲ ਹੈ। ਜੇਕਰ ਤੁਹਾਡੇ ਤੋਂ ਖਾਣੇ ਦੇ ਵਿੱਚ ਨਮਕ ਜ਼ਿਆਦਾ ਪੈ ਗਿਆ ਪਰ ਖਾਣਾ ਅਜੇ ਬਣ ਰਿਹਾ ਹੈ ਤਾਂ ਤੁਸੀਂ ਇਸ ਦੇ ਵਿੱਚ ਇੱਕ ਛਿੱਲੇ ਹੋਏ ਆਲੂ ਨੂੰ ਪਾ ਦਿਓ। ਇਸ ਤਰ੍ਹਾਂ ਉਹ ਆਲੂ ਸਬਜ਼ੀ ਦੇ ਵਿੱਚ ਪਿਆ ਹੋਇਆ ਸਾਰਾ ਐਕਸਟਰਾ ਨਮਕ ਸੋਖ ਲਵੇਗਾ ਤੇ ਬਾਅਦ ਦੇ ਵਿੱਚ ਤੁਸੀਂ ਉਸ ਆਲੂ ਨੂੰ ਸਬਜ਼ੀ ਦੇ ਵਿੱਚੋਂ ਬਾਹਰ ਕੱਢ ਦਿਓ। ਤੁਸੀਂ ਅਜਿਹੇ ਐਡਵਰਟਾਈਜ਼ਮੈਂਟ ਬੋਰਡ ਤਾਂ ਕਈ ਵਾਰ ਦੇਖੇ ਹੋਣਗੇ ਜਿਹੜੇ ਕਿ ਪਲੇਨ ਅਤੇ ਬੋਰਿੰਗ ਲੱਗਦੇ ਨੇ, ਪਰ ਤੁਸੀਂ ਹੁਣ ਇੱਕ ਵਾਰ ਇਸ ਸ਼ਾਓਮੀ ਕੰਪਨੀ ਦੇ ਐਡਵਰਟਾਈਜ਼ਮੈਂਟ ਬੋਰਡ ਨੂੰ ਦੇਖੋ। ਉਹਨਾਂ ਨੇ ਇਸ ਬੋਰਡ ਨੂੰ 3D ਬਣਾਇਆ ਹੈ ਜਿਹੜਾ ਕਿ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਕਮਾਲ ਦਾ ਲੱਗਦਾ ਹੈ ਤੇ ਹਰ ਆਉਣ ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਟ੍ਰੈਫਿਕ ਲਾਈਟ ਦੀ ਕਾਢ ਕਿਸ ਨੇ ਕੱਢੀ ਸੀ? ਅਸਲ ਦੇ ਵਿੱਚ ਟ੍ਰੈਫਿਕ ਲਾਈਟ ਤੋਂ ਪਹਿਲਾਂ ਉਸ ਜਗ੍ਹਾ ਤੇ ਟ੍ਰੈਫਿਕ ਪੁਲਿਸ ਵਾਲੇ ਹੁੰਦੇ ਸਨ, ਪਰ ਉਹਨਾਂ ਦੀ ਜਾਨ ਤੇ ਹਮੇਸ਼ਾ ਰਿਸਕ ਬਣਿਆ ਰਹਿੰਦਾ ਸੀ ਕਿਉਂਕਿ ਭਰੋਸਾ ਨਹੀਂ ਹੁੰਦਾ ਸੀ ਕਿ ਜਦੋਂ ਰੋਡ ਦੇ ਵਿਚਾਲੇ ਖੜੇ ਹੋਣ ਤਾਂ ਕਿਸ ਦੀ ਬ੍ਰੇਕ ਲੱਗੇ ਜਾਂ ਕਿਸ ਦੀ ਨਾ ਲੱਗੇ। ਇਸ ਕਾਰਨ ਨੂੰ ਕਈ ਵਾਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਸਨ। ਇਸ ਤੋਂ ਥੱਕ ਕੇ ਪੁਲਿਸ ਵਾਲਿਆਂ ਨੇ ਟ੍ਰੈਫਿਕ ਲਾਈਟ ਦਾ ਇਨਵੈਂਸ਼ਨ ਕੀਤਾ ਤਾਂ ਕਿ ਉਹਨਾਂ ਨੂੰ ਜਾਨ ਦਾ ਖਤਰਾ ਨਾ ਰਹੇ ਤੇ ਉਹਨਾਂ ਦਾ ਕੰਮ ਵੀ ਆਸਾਨ ਹੋ ਜਾਵੇ। ਅਕਤੂਬਰ 2018 ਦੇ ਵਿੱਚ ਦੋ ਲੜਕੀਆਂ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬਾਥਰੂਮ ਦੇ ਵਿੱਚ ਵੇਟ ਕਰ ਰਹੀਆਂ ਸਨ ਕਿਸੇ ਦੇ ਆਉਣ ਦਾ ਤਾਂ ਕਿ ਉਹ ਉਸ ਨੂੰ ਮਾਰ ਕੇ ਉਹਨਾਂ ਦਾ ਖੂਨ ਪੀ ਸਕਣ। ਅਸਲ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਇਨਸਾਨੀ ਖੂਨ ਪੀ ਕੇ ਹੋਰ ਵੀ ਜ਼ਿਆਦਾ ਖੂਬਸੂਰਤ ਦਿਸਣਗੀਆਂ ਕਿਉਂਕਿ ਇਹਨਾਂ ਦੀ ਮੈਂਟਲੀ ਹੈਲਥ ਠੀਕ ਨਹੀਂ ਸੀ। ਲੱਕੀ ਕਿਸਮਤ ਦੇ ਨਾਲ ਉਸ ਬਾਥਰੂਮ ਦੇ ਵਿੱਚ ਇੱਕ ਟੀਚਰ ਅੰਦਰ ਚਲੀ ਗਈ ਜਿਹੜੀ ਕਿ ਇਹਨਾਂ ਤੋਂ ਵੱਡੀ ਅਤੇ ਤਾਕਤਵਰ ਸੀ। ਇਹਨਾਂ ਨੇ ਜਦੋਂ ਉਸ ਟੀਚਰ ਦੇ ਉੱਪਰ ਹਮਲਾ ਕੀਤਾ ਤਾਂ ਉਸ ਟੀਚਰ ਨੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੂੰ ਕਾਲ ਕਰ ਦਿੱਤੀ ਤੇ ਪੁਲਿਸ ਨੇ ਆ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਹੈ ਜੀ ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਕਮਾਲ ਦਾ ਐਕਵੇਰੀਅਮ ਜਿਹੜਾ ਕਿ ਡਰਾਅ ਕੀਤੀ ਹੋਈ ਮੱਛੀ ਨੂੰ ਵੀ ਜਿਉਂਦਾ ਕਰ ਦਿੰਦਾ ਹੈ। ਜੇਕਰ ਤੁਸੀਂ ਇਸ ਦੇ ਵਿੱਚ ਕੋਈ ਡਰਾਅ ਕੀਤੀ ਹੋਈ ਮੱਛੀ ਪਾ ਦਿੰਦੇ ਹੋ ਤਾਂ ਇਹ AI ਤਕਨੀਕ ਦੇ ਨਾਲ ਉਸ ਮੱਛੀ ਨੂੰ ਵੀ ਰੀਅਲ ਬਣਾ ਦਿੰਦਾ ਹੈ। ਇਹ ਸਕਰੀਨ ਦੇ ਵਿੱਚ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਰੀਅਲ ਦੇ ਵਿੱਚ ਇਹ ਮੱਛੀ ਜਿਉਂਦੀ ਹੋ ਗਈ ਹੋਵੇ। ਇਹ ਸਭ ਇੱਥੇ ਬੱਚਿਆਂ ਨੂੰ ਖੁਸ਼ ਕਰਨ ਦੇ ਲਈ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਉਹ ਮੱਛੀ ਜਿਉਂਦੀ ਨਹੀਂ ਹੁੰਦੀ ਤਾਂ ਕਿ ਇਸ ਨੂੰ ਦੇਖ ਕੇ ਬੱਚਿਆਂ ਦਾ ਡਰਾਇੰਗ ਦੇ ਵਿੱਚ ਇੰਟਰਸਟ ਪੈਦਾ ਹੋਵੇ। ਇਹ ਇੱਕ ਕਮਾਲ ਦਾ ਲਾਈਫ ਹੈ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਿਆਜ਼ ਨੂੰ ਕੱਟਦੇ ਸਮੇਂ ਅੱਖਾਂ ਦੇ ਵਿੱਚ ਪਾਣੀ ਆਉਂਦਾ ਹੈ, ਪਰ ਇਸ ਨੂੰ ਠੀਕ ਕਰਨ ਦਾ ਇੱਕ ਤਰੀਕਾ ਹੈ ਕਿ ਜੇਕਰ ਤੁਸੀਂ ਉਹਨਾਂ ਨੂੰ ਕੱਟਣ ਤੋਂ ਪਹਿਲਾਂ ਪਿਆਜ਼ ਅਤੇ ਚਾਕੂ ਨੂੰ ਦੋਨਾਂ ਨੂੰ ਠੰਡੇ ਪਾਣੀ ਦੇ ਵਿੱਚ ਕੁਝ ਸਮੇਂ ਲਈ ਪਾ ਦਿਵੋ। ਉਸ ਤੋਂ ਬਾਅਦ ਜੇਕਰ ਤੁਸੀਂ ਪਿਆਜ਼ ਨੂੰ ਛਿੱਲੋਗੇ ਤਾਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਨਿਕਲਣਗੇ। ਅਸਲ ਦੇ ਵਿੱਚ ਪਿਆਜ਼ ਦੇ ਵਿੱਚ ਇੱਕ ਕੈਮੀਕਲ ਹੁੰਦਾ ਹੈ ਜਿਹੜਾ ਜਦੋਂ ਹਵਾ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਤਾਂ ਉਹ ਗੈਸ ਬਣ ਜਾਂਦਾ ਹੈ, ਪਰ ਜਦੋਂ ਤੁਸੀਂ ਪਿਆਜ਼ ਨੂੰ ਕੁਝ ਸਮੇਂ ਲਈ ਠੰਡੇ ਪਾਣੀ ਵਿੱਚ ਰੱਖ ਕੇ ਕੱਟੋਗੇ ਤਾਂ ਉਹ ਕੈਮੀਕਲ ਹਵਾ ਦੇ ਵਿੱਚ ਰਿਲੀਜ਼ ਨਹੀਂ ਹੋ ਪਾਵੇਗਾ ਤੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਆਉਣਗੇ। ਹੁਣ ਇੰਡੀਆ ਦੇ ਵਿੱਚ ਕੁਝ ਥਾਵਾਂ ਤੇ ਟ੍ਰੈਫਿਕ ਲਾਈਟ ਨੂੰ ਇਸ ਤਰ੍ਹਾਂ ਦੀ LED ਲਾਈਟਾਂ ਦੇ ਨਾਲ ਕਵਰ ਕੀਤਾ ਗਿਆ ਹੈ ਤਾਂ ਕਿ ਲੋਕ ਇਹਨਾਂ ਨੂੰ ਦੂਰ ਤੋਂ ਹੋਰ ਜ਼ਿਆਦਾ ਕਲੀਅਰ ਦੇਖ ਸਕਣ ਤੇ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ। ਤੁਸੀਂ ਇਸ ਬੈਲ ਦੇ
ਤੁਸੀਂ ਬਹੁਤ ਸਾਰੇ ਪਾਰਲੀਮੈਂਟ ਹਾਊਸ ਦੇਖੇ ਹੋਣਗੇ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਆਲੇ ਦੁਆਲੇ ਤੋਂ ਪੂਰੀ ਚੰਗੀ ਤਰ੍ਹਾਂ ਦੇ ਨਾਲ ਸੀਲਡ ਹੁੰਦੇ ਨੇ। ਇਹ ਜਰਮਨ ਦਾ ਪਾਰਲੀਮੈਂਟ ਹਾਊਸ ਹੈ ਜਿਹੜਾ ਕਿ ਕੱਚ ਦਾ ਬਣਿਆ ਹੋਇਆ ਹੈ ਤੇ ਬਾਹਰੋਂ ਤੁਸੀਂ ਇਸ ਦੇ ਵਿੱਚ ਅੰਦਰ ਕੀ ਚੱਲ ਰਿਹਾ ਹੈ ਆਰਾਮ ਨਾਲ ਖੜ ਕੇ ਦੇਖ ਸਕਦੇ ਹੋ ਤੇ ਨਾਲ ਹੀ ਇਸ ਦੇ ਉੱਪਰ ਲੋਕਾਂ ਦੇ ਚੱਲਣ ਦੇ ਲਈ ਥਾਂ ਵੀ ਬਣੀ ਹੁੰਦੀ ਹੈ। ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਕਿ ਸਰਕਾਰ ਨੂੰ ਯਾਦ ਰਵੇ ਕਿ ਉਹਨਾਂ ਨੂੰ ਇਸ ਪਬਲਿਕ ਯਾਨੀ ਕਿ ਲੋਕਾਂ ਦੇ ਸਾਹਮਣੇ ਹਮੇਸ਼ਾ ਟ੍ਰਾਂਸਪੇਰੈਂਟ ਰਹਿਣਾ ਹੈ ਤੇ ਸਰਕਾਰ ਨੂੰ ਕਦੇ ਵੀ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹਨਾਂ ਦੇ ਉੱਪਰ ਪਬਲਿਕ ਦਾ ਰਾਜ ਹੈ। ਨੈਟਫਲਿਕਸ ਨੇ ਆਪਣੇ ਆਫਿਸ ਦੇ ਵਿੱਚ ਇੱਕ ਬਹੁਤ ਹੀ ਮੋਟੀਵੇਸ਼ਨਲ ਬੈਲਬੋਰਡ ਲਗਾਇਆ ਹੈ ਜਿਸ ਦੇ ਉੱਪਰ ਉਹਨਾਂ ਨੇ ਲਿਖਿਆ ਹੈ ਡੋਂਟ ਗਿਵ ਅਪ ਯੂਰ ਡ੍ਰੀਮਸ ਬੀ ਸਟਾਰਟਡ ਵਿਦ ਡੀਵੀਡੀਸ ਤੇ ਇਹ ਬੋਰਡ ਬਹੁਤ ਸਾਰੇ ਲੋਕਾਂ ਨੇ ਇਨਸਪਾਇਰ ਵੀ ਕਰ ਰਿਹਾ ਹੈ। ਇੱਕ ਵਾਰ ਤੁਸੀਂ ਇਸ ਢਾਂਚੇ ਨੂੰ ਦੇਖੋ, ਇਹ ਪੂਰੀ ਤਰ੍ਹਾਂ ਦੇ ਨਾਲ ਬੋਤਲਾਂ ਦੇ ਨਾਲ ਬਣਾਇਆ ਗਿਆ ਹੈ ਕਿਉਂਕਿ ਹਰ ਸਾਲ ਇੱਥੇ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਘੁੰਮਣ ਆਉਂਦੇ ਸਨ ਤੇ ਇਸ ਜਗ੍ਹਾ ਤੇ ਖਾਲੀ ਬੋਤਲਾਂ ਸੁੱਟ ਦਿੰਦੇ ਸੀ। ਇਸ ਤੋਂ ਤਾਂ ਕਰਕੇ ਉੱਥੋਂ ਦੇ ਕੁਝ ਲੋਕਲ ਲੋਕਾਂ ਨੇ ਸਾਰੀਆਂ ਕੱਚ ਦੀਆਂ ਬੋਤਲਾਂ ਨੂੰ ਇਕੱਠਿਆ ਕੀਤਾ ਤੇ ਇੱਕ ਕਮਾਲ ਦਾ ਢਾਂਚਾ ਤਿਆਰ ਕੀਤਾ। ਇਸ ਨੂੰ ਗਲਾਸ ਫਿਸ਼ ਕਿਹਾ ਜਾਂਦਾ ਹੈ। ਹੁਣ ਇਸ ਦੇ ਦੋ ਫਾਇਦੇ ਨੇ, ਇੱਕ ਤਾਂ ਇਹ ਟੂਰਿਸਟ ਨੂੰ ਅਟਰੈਕਟ ਕਰਦਾ ਹੈ ਤੇ ਦੂਜਾ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਂਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਉਹ ਕੂੜਾ ਨਾ ਸੁੱਟਣ। ਸਾਨੂੰ ਸਾਰਿਆਂ ਨੂੰ ਕ੍ਰਿਕਟ ਮੈਚ ਨੂੰ ਲਾਈਵ ਦੇਖਣਾ ਹੀ ਵਧੀਆ ਲੱਗਦਾ ਹੈ, ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਲਾਈਵ ਕ੍ਰਿਕਟ ਮੈਚ ਦੇ ਵਿੱਚ ਐਡੀਟਿੰਗ ਕਿਵੇਂ ਕੀਤੀ ਜਾਂਦੀ ਹੈ? ਸਭ ਤੋਂ ਪਹਿਲਾਂ ਕ੍ਰਿਕਟ ਗਰਾਊਂਡ ਦੇ ਵਿੱਚ 50 ਤੋਂ 55 ਕੈਮਰੇ ਲੱਗੇ ਹੁੰਦੇ ਨੇ ਜਿਹੜੇ ਕਿ ਹਰ ਇੱਕ ਐਂਗਲ ਤੇ ਘੁੰਮ ਸਕਦੇ ਨੇ ਤੇ ਇਹਨਾਂ ਦੇ ਆਫਿਸ ਦੇ ਅੰਦਰ 80 ਤੋਂ 100 ਲੋਕਾਂ ਦੀ ਟੀਮ ਹੁੰਦੀ ਹੈ ਜਿਹੜੀ ਕਿ ਨਾਲ ਦੀ ਨਾਲ ਐਡੀਟਿੰਗ ਕਰਦੀ ਹੈ ਤੇ ਇਹਨਾਂ ਦਾ ਇੱਕ ਹੈੱਡ ਹੁੰਦਾ ਹੈ ਜਿਹੜਾ ਕਿ ਇਹਨਾਂ ਨੂੰ ਨਾਲ ਦੀ ਨਾਲ ਦੱਸਦਾ ਹੈ ਕਿ ਕਿਹੜੇ ਸਮੇਂ ਤੇ ਕਿਹੜੇ ਕੈਮਰੇ ਨੂੰ ਟੀਵੀ ਦੇ ਉੱਪਰ ਦਿਖਾਉਣਾ ਹੈ ਤੇ ਨਾਲ ਹੀ ਐਡੀਟਿੰਗ ਟੀਮ ਓਵਰ ਤੇ ਬੋਲਾਂ ਦਾ ਵੀ ਧਿਆਨ ਰੱਖਦੀ ਹੈ। ਇਹਨਾਂ ਦੇ ਵਿੱਚ ਇੱਕ ਐਨੀਮੇਸ਼ਨ ਟੀਮ ਹੁੰਦੀ ਹੈ ਜਿਹੜੀ ਕਿ ਬਾਲ ਦੀ ਪ੍ਰੋਜੈਕਸ਼ਨ ਹੀ ਦਿਖਾਉਂਦੀ ਹੁੰਦੀ ਹੈ ਕਿ ਬਾਲ ਪੈਡ ਦੇ ਉੱਪਰ ਲੱਗੀ ਹੈ ਜਾਂ ਨਹੀਂ ਲੱਗੀ। ਇਸ ਕੰਮ ਨੂੰ ਬੜੇ ਹੀ ਧਿਆਨ ਦੇ ਨਾਲ ਤੇ ਪ੍ਰੋਫੈਸ਼ਨਲੀ ਕੀਤਾ ਜਾਂਦਾ ਹੈ ਤਾਂ ਕਿ ਛੋਟੀ ਤੋਂ ਛੋਟੀ ਗਲਤੀ ਵੀ ਨਾ ਹੋ ਸਕੇ। ਤੁਹਾਡੇ ਨਾਲ ਵੀ ਕਦੇ ਨਾ ਕਦੇ ਤਾਂ ਅਜਿਹਾ ਜ਼ਰੂਰ ਹੋਇਆ ਹੋਵੇਗਾ ਕਿ ਤੁਹਾਡੀ ਕੂਣੀ ਕਿਸੇ ਚੀਜ਼ ਨਾਲ ਟਕਰਾਈ ਹੋਵੇਗੀ ਤੇ ਤੁਹਾਨੂੰ ਕਰੰਟ ਲੱਗਿਆ ਹੋਵੇਗਾ। ਅਸਲ ਦੇ ਵਿੱਚ ਕੂਣੀ ਦੇ ਵਿੱਚ ਇੱਕ ਨਸ ਹੁੰਦੀ ਹੈ ਜਿਹੜੀ ਕਿ ਦਿਮਾਗ ਤੱਕ ਸਿਗਨਲ ਨੂੰ ਲੈ ਕੇ ਜਾਂਦੀ ਹੈ, ਪਰ ਇਹ ਨਸ ਬਾਕੀ ਨਸਾਂ ਦੀ ਤਰ੍ਹਾਂ ਪ੍ਰੋਟੈਕਟਡ ਯਾਨੀ ਕਿ ਕਵਰ ਨਹੀਂ ਹੁੰਦੀ। ਇਸ ਲਈ ਜਦੋਂ ਕਦੇ ਨਸ ਦਬ ਜਾਂਦੀ ਹੈ ਤਾਂ ਸਾਡੇ ਦਿਮਾਗ ਨੂੰ ਜਾਣ ਵਾਲਾ ਸਿਗਨਲ ਕੁਝ ਸਮੇਂ ਲਈ ਰੁਕ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਸਰੀਰ ਨੂੰ ਝੰਝਨਾਹਟ ਮਹਿਸੂਸ ਹੁੰਦੀ ਹੈ ਜਿਸ ਨੂੰ ਕਿ ਅਸੀਂ ਕਰੰਟ ਸਮਝਦੇ ਹਾਂ। ਜੇਕਰ ਇਸ ਨਸ ਦੇ ਉੱਪਰ ਜ਼ੋਰ ਦੇ ਨਾਲ ਸੱਟ ਲੱਗ ਜਾਵੇ ਤਾਂ ਇਹ ਥੋੜੀ ਖਤਰਨਾਕ ਵੀ ਹੋ ਸਕਦੀ ਹੈ। ਇਹ ਸਾਂਝੀ ਕੁਝ ਰੌਚਕ ਤੱਥ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀ ਵਿਲ ਜ਼ਰੂਰ ਫੋਲੋ ਕਰਨਾ। ਧੰਨਵਾਦ।